ਸਤਿ ਸ਼੍ਰੀ ਅਕਾਲ ਸਭ ਨੂੰ ਜੀ, ਰੂਬੀ ਦਿਸ ਸਾਈਡ ਫਰੋਮ ਡੈਲਵਿੰਗ ਵੀਜ਼ਾਜ਼ ਐਂਡ ਇਮੀਗ੍ਰੇਸ਼ਨ। ਹਰ ਵਾਰ ਦੀ ਤਰ੍ਹਾਂ ਤੁਹਾਡੇ ਸਭ ਦੇ ਸਾਹਮਣੇ ਇੱਕ ਜੈਨੂਇਨ ਇਨਫੋਰਮੇਸ਼ਨ ਲੈ ਕੇ ਰੂਬਰੂ ਹੁੰਦੀ ਹੈ ਜੀ। ਅੱਜ ਜਿਸ ਪ੍ਰੋਡਕਟ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਯੂਕੇ ਯੂਰਪ ਸ਼ੈਨੇਗਨ ਵੀਜ਼ਾ। ਜਿਹੜੇ ਵੀ ਕੈਂਡੀਡੇਟ ਸਿੰਗਲ ਜਾਂ ਵਿਦ ਫੈਮਲੀ ਜਾਂ ਬੱਚਿਆਂ ਨਾਲ ਜਾਂ ਸਟੂਡੈਂਟਸ ਕੋਈ ਅਪਲਾਈ ਕਰਨਾ ਚਾਹੁੰਦੇ ਆ ਯੂਰਪ ਲਈਏ, ਯੂਕੇ ਲਈਏ ਜਾਂ ਸ਼ੈਨੇਗਨ ਜਿਹੜੀ ਕੰਟਰੀ ਜਿਹਦਾ 26 ਕੰਟਰੀਆਂ ਦਾ ਆਪਣਾ ਸਮੂਹ ਹੈ, ਅਪਲਾਈ ਕਰਨਾ ਚਾਹੁੰਦੇ ਆ, ਤਾਂ ਰਾਈਟ ਟਾਈਮ ਹੈ ਅਪਲਾਈ ਕਰਨ ਦਾ। ਰਾਈਟ ਟਾਈਮ ਦਾ ਰੀਜ਼ਨ ਹੁੰਦਾ ਹੈ ਕਿ ਆਪਾਂ ਜਦੋਂ ਵੀ ਕੋਈ ਕੰਟਰੀ ਅਪਲਾਈ ਕਰਨਾ ਹੁੰਦਾ ਆਪਾਂ ਨੂੰ ਇੱਕ ਢੁੱਕਵਾਂ ਟਾਈਮ ਚਾਹੀਦਾ ਹੁੰਦਾ ਆ। ਰੀਜ਼ਨ ਕੀ ਹੈ ਬਣ ਰਿਹਾ, ਦਸੰਬਰ ਦੇ ਵਿੱਚ ਇਗਜ਼ਾਮ ਫਿਨਿਸ਼ ਹੋਣ ਜਾ ਰਹੇ ਕੈਂਡੀਡੇਟਸ ਦੇ, ਬੱਚਿਆਂ ਦੇ, ਜਿਹਦੇ ਨਾਲ ਕਿ ਉਹ ਸਿੰਗਲ ਜਾਂ ਵਿਦ ਫੈਮਲੀ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ। ਰਾਹਦਾਰੀ ਸਟਰੋਂਗ ਬਣ ਰਹੀ ਹੈ। ਜੈਨ ਫੈਬ ਦੇ ਵਿੱਚ ਵੈਸੇ ਵੀ ਯੂਰਪ ਸ਼ੈਨੇਗਨ ਜਾਂ ਯੂਕੇ ਦੀ ਗੱਲ ਕਰੀਏ ਵੀਜ਼ਾ ਰੇਸ਼ੋ ਬਹੁਤ ਵਧੀਆ ਨਿਕਲਦੀ ਹੈ ਐਜ਼ ਕੰਪੈਰੇਟਿਵਲੀ ਜੇ ਆਪਾਂ ਉਵੇਂ ਅਪਲਾਈ ਕਰਦੇ ਹਾਂ। ਫੋਰ ਫਰਦਰ ਇਨਫੋਰਮੇਸ਼ਨ ਜੇ ਡਾਕੂਮੈਂਟੇਸ਼ਨ ਦੀ ਗੱਲ ਕਰੀਏ, ਦੈਟ ਇਜ਼ ਅ ਵੈਰੀ ਲੈਸ ਡਾਕੂਮੈਂਟ, ਬਹੁਤ ਹੀ ਘੱਟ ਡਾਕੂਮੈਂਟ ਨਾਲ ਆਪਾਂ ਹੁਣ ਅਪਲਾਈ ਕਰ ਸਕਦੇ ਹਾਂ। ਡਾਕੂਮੈਂਟੇਸ਼ਨ ਦੀ ਜਿਹੜੀ ਲਿਸਟ ਹੋਊਗੀ ਉਹ ਡਿਪੈਂਡ ਕਰੇਗੀ ਕੈਂਡੀਡੇਟ ਦੇ ਪ੍ਰੋਫਾਈਲ 'ਤੇ, ਉਹਨਾਂ ਦੀ ਪ੍ਰੋਫਾਈਲ ਕਿਹੜੀ ਬੈਕਗ੍ਰਾਊਂਡ ਤੋਂ ਰਿਲੇਟਿਡ ਹੈ। ਫੋਰ ਫਰਦਰ ਇਨਫੋਰਮੇਸ਼ਨ ਕੋਈ ਵੀ ਟੂਰਿਸਟ ਵੀਜ਼ਾ ਦੀ ਜਾਣਕਾਰੀ ਚਾਹੀਦੀ ਹੈ, ਚਾਹੇ ਯੂਕੇ ਹੈ, ਯੂਰਪ ਹੈ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਕੋਈ ਵੀ ਕਿਸੇ ਵੀ ਤਰੀਕੇ ਦੀ ਜਾਣਕਾਰੀ ਜਾਂ ਡਾਕੂਮੈਂਟੇਸ਼ਨ ਜਾਂ ਰਾਈਟ ਟਾਈਮ ਮੈਮ ਕਿਹੜਾ ਹੁੰਦਾ ਅਪਲਾਈ ਕਰਨ ਦਾ ਲਈ, ਤੁਸੀਂ ਨੀਚੇ ਨੰਬਰਸ ਆ ਰਹੇ ਹੋਟਲਾਈਨਸ ਉਹਨਾਂ 'ਤੇ ਕੰਟੈਕਟ ਕਰ ਸਕਦੇ ਹੋ ਜਾਂ ਨੀਅਰ ਬਾਏ ਬ੍ਰਾਂਚਿਜ਼ ਵਿਜ਼ਿਟ ਕਰਕੇ ਆਪਣੀ ਇਨਕੁਆਇਰੀਜ਼ ਕਲੀਅਰ ਕਰ ਸਕਦੇ ਹੋ। ਥੈਂਕ ਯੂ ਸੋ ਮੱਚ ਜੀ।